ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਰੋਜ਼ਾਨਾ ਇਸ ਮੰਚ ਦੇ ਉੱਤੇ ਉਹਨਾਂ ਅਹਿਮ ਮਸਲਿਆਂ ਦੀ ਗੱਲ ਹੁੰਦੀ ਹੈ, ਉਹਨਾਂ ਵਿਸ਼ਿਆਂ ਦੀ ਗੱਲ ਹੁੰਦੀ ਹੈ ਜਿਸ ਉੱਤੇ ਤੁਸੀਂ ਵੀ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕਰਦੇ ਹੋ। ਖਬਰ ਅੱਜ ਜਿਹੜੀ ਸਭ ਤੋਂ ਵੱਡੀ ਪੰਜਾਬ ਤੋਂ ਹਾਲ ਫਿਲਹਾਲ ਦੇ ਵਿੱਚ ਆ ਰਹੀ ਹੈ, ਦਿੱਲੀ ਦੀ ਚੋਣਾਂ ਤੋਂ ਆ ਰਹੀ ਹੈ, ਉਹ ਅਸੀਂ ਤੁਹਾਡੇ ਸਾਹਮਣੇ ਕੱਲ੍ਹ ਰੱਖੀ ਸੀਗੀ। ਕਿਸ ਤਰੀਕੇ ਨਾਲ ਜਿਹੜੀ ਅਕਾਲੀ ਦਲ ਅਤੇ ਭਾਜਪਾ ਦਾ ਭਾਈਵਾਲ ਹੈ ਉਹ ਹਾਲ ਫਿਲਹਾਲ ਦੇ ਵਿੱਚ ਦਿੱਲੀ ਦੀ ਚੋਣਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ। ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ, ਮਨਜੀਤ ਸਿੰਘ ਜੀ ਕੇ ਬਕਾਇਦਾ ਇਸ ਮੰਚ ਦੇ ਉੱਤੇ ਆਏ ਸੀਗੇ, ਜਿਨ੍ਹਾਂ ਨੇ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ ਸੀਗੇ। ਲੇਕਿਨ ਹੁਣ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੇਸਿਕਲੀ ਜਿਹੜੇ ਸਭ ਤੋਂ ਵੱਡੇ ਇਸ਼ੂ ਸੀਗੇ ਉਹ ਇਸ਼ੂ ਸ਼੍ਰੋਮਣੀ ਅਕਾਲੀ ਦਲ ਜਦ ਹੋਣ ਦੇ ਵਿੱਚ ਆਈ ਸੀਗੀ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨਾਲ ਸਪੋਰਟ ਕੀਤਾ ਔਰ ਉਹਨਾਂ ਦੇ ਨਾਲ ਮੋਢੇ ਮਿਲਾ ਕੇ ਚਲੇ। ਔਰ ਕਿਵੇਂ 1947 ਤੋਂ ਬਾਅਦ ਜਦ ਅਹਿਮ ਮੋਰਚੇ ਲੱਗਣੇ ਪੰਜਾਬ ਦੇ ਵਿੱਚ ਸ਼ੁਰੂ ਹੋਏ, ਸਭ ਤੋਂ ਵੱਡੀ ਪਾਰਟੀ ਅਗਰ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਤਾਂ ਉਹ ਅਕਾਲੀ ਦਲ ਸੀ। ਉਸ ਅਕਾਲੀ ਦਲ ਦੇ ਵਿੱਚ ਕਈ ਸਾਰੇ ਅਹਿਮ ਜਿਹੜੇ ਸਿਆਸਤਦਾਨ, ਪੈਰੋਕਾਰ ਔਰ ਜਿਹੜੇ ਵੋਟਰ ਮੈਂ ਕਹਾਂਗਾ ਬਕਾਇਦਾ ਤੌਰ 'ਤੇ ਇਸ ਪਾਰਟੀ ਦੇ ਨਾਲ ਜੁੜੇ ਸੀਗੇ। ਕਈ ਸਾਰੇ ਸਿਧਾਂਤ, ਕਈ ਸਾਰੇ ਕੌਨਸਟੀਟਿਊਸ਼ਨ ਦੀ ਗੱਲਾਂ ਜਦ ਅਸੀਂ ਕਰਦੇ ਹਾਂ ਤਾਂ ਹਰ ਪਾਰਟੀ ਦਾ ਇੱਕ ਆਪਣਾ ਨਿਯਮ ਹੁੰਦਾ, ਇੱਕ ਰੂਲਸ ਐਂਡ ਰੈਗੂਲੇਸ਼ਨ ਹੁੰਦੀ ਹੈ। ਔਰ ਮੈਨੂੰ ਪਤਾ ਹੈ ਕਿ ਅੱਜ ਜਿਹੜੇ ਦਰਸ਼ਕ ਮੈਨੂੰ ਵੇਖ ਰਹੇ ਨੇ ਤੁਸੀਂ ਪੰਜਾਬ ਦੇ ਨਾਲ ਰਾਬਤਾ ਰੱਖਦੇ ਹੋ ਅਤੇ ਤੁਸੀਂ ਵੀ ਉਸ ਪਾਰਟੀ ਦੇ ਨਾਲ, ਉਸ ਲਹਿਰ ਦੇ ਨਾਲ ਜੁੜੇ ਹੋਣੇ ਹੋ। ਔਰ ਜਦ ਉਹ ਲਹਿਰਾਂ ਪੰਜਾਬ ਦੇ ਵਿੱਚ ਆਈਆਂ ਤਾਂ ਤੁਸੀਂ ਵੀ ਉਹਨਾਂ ਲਹਿਰਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਯੋਗਦਾਨ ਪਾਏ ਹੋਣੇ ਹਨ। ਪਰ ਕਿ ਅੱਜ ਜਿਹੜੇ ਯੋਗਦਾਨ ਤੁਸੀਂ ਪਾਏ ਸੀਗੇ ਉਹਦਾ ਲਾਹਾ ਕੌਣ ਲੈ ਰਿਹਾ ਔਰ ਉਹਨੂੰ ਖਰਾਬ ਕੌਣ ਕਰ ਰਿਹਾ ਜਾਂ ਫਿਰ ਉਹਨੂੰ ਬਚਾ ਕੌਣ ਰਿਹਾ, ਇਹ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦ ਅਕਾਲੀ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਹੈ, ਕਿਉਂਕਿ ਇਹ ਇੱਕ ਉਹ ਰਵਾਇਤੀ ਪਾਰਟੀ ਹੈ ਜਿਸ ਪਾਰਟੀ ਦੇ ਉੱਤੇ ਵਿਸ਼ਵਾਸ ਕਰਕੇ ਲੋਕਾਂ ਨੇ ਇੱਕਮਤ ਔਰ ਬਹੁਮਤ ਦੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਕਿੱਥੇ ਸਟੈਂਡ ਕਰਦੀ ਹੈ, ਕਿਉਂਕਿ ਜਿੱਥੇ ਦਿੱਲੀ ਦੇ ਵਿੱਚ ਅੱਜ ਤਰਾਜ਼ਦੀ ਕੌਮ ਨੂੰ ਵੱਖ ਵੱਖ ਮੁੱਦਿਆਂ ਦੇ ਉੱਤੇ ਵੇਖਣ ਨੂੰ ਮਿਲੀ, ਉੱਥੇ ਹੀ ਪੰਜਾਬ ਦੇ ਵਿੱਚ ਵੀ ਅਹਿਮ ਮਸਲੇ ਜਿਹੜੇ ਨੇ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਮਹੱਤਵਪੂਰਨ ਰਹੇ, ਜਿਹਦੇ ਵਿੱਚ ਬੇਅਦਬੀ ਮਾਮਲੇ ਵੱਡੇ ਪੱਧਰ 'ਤੇ ਸਾਹਮਣੇ ਆਏ, ਜਿਹਦੇ ਵਿੱਚ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਜਿਹੜੀ ਹੈ ਉਹ 10 ਸਾਲ ਜਦ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਸੀਗੀ ਤਾਂ ਸਾਹਮਣੇ ਇਸ਼ੂਜ਼ ਆਏ। ਸੈਕਰਲੀਜ ਇਸ਼ੂਜ਼ ਤੋਂ ਇਲਾਵਾ ਕਿਸ ਤਰੀਕੇ ਨਾਲ ਪੰਜਾਬ ਡਿਵਲਪਡ ਕੀਤਾ ਜਾ ਸਕੇ ਉਹ ਵੀ ਇੱਕ ਵੱਡਾ ਚੈਲੰਜ ਸਾਡੇ ਲਈ ਸੀਗਾ। ਜਿੱਥੇ ਅਸੀਂ ਪੰਥਕ ਮੁੱਦਿਆਂ ਨੂੰ ਅਹਿਮ ਸਮਝਦੇ ਹਾਂ ਉੱਥੇ ਬੇਸਿਕ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ ਕਿ ਜਿਸ ਰੂਟਸ ਤੋਂ ਅਸੀਂ ਆਏ ਹਾਂ ਉਸ ਲੈਂਡ ਦੀ ਰੱਖਿਆ ਕਰਨੀ ਵੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਅਤੇ ਬਿਲਕੁਲ ਅਸੀਂ ਰਵਾਇਤੀ ਪਾਰਟੀਆਂ ਦਾ ਜਿਹੜਾ ਸਪੋਰਟ ਹੈ ਜ਼ਰੂਰ ਕਰਦੇ ਹਾਂ, ਇਸ ਕਰਕੇ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਪੋਰਟ ਕੀਤਾ ਗਿਆ। ਲੇਕਿਨ 2017 ਦੇ ਵਿੱਚ ਜਦ ਚੋਣਾਂ ਹੁੰਦੀਆਂ ਹਨ ਉਸ ਤੋਂ ਪਹਿਲਾਂ 10 ਸਾਲ ਸਰਕਾਰ ਉਹਨਾਂ ਦੀ ਰਹਿੰਦੀ ਹੈ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਖੁਦ ਮੁੱਖ ਮੰਤਰੀ ਦੇ ਤੌਰ 'ਤੇ ਕੁਰਸੀ ਸਾਂਭਦੇ ਹਨ, ਉਹਨਾਂ ਦੇ ਪੁੱਤ ਡਿਪਿਊਟੀ CM ਬਣ ਕੇ ਜ਼ਿੰਮੇਵਾਰੀ ਆਪਣੀ ਸੰਭਾਲਦੇ ਹਨ, ਤਾਂ ਵੱਖ ਵੱਖ ਜਿਹੜੇ ਹੋਰ ਵੀ ਲੀਡਰਸ ਹਨ ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਰਤਨ ਸਿੰਘ ਅਜਨਾਲਾ ਵਰਗੀਆਂ ਕਈ ਸ਼ਖਸੀਅਤਾਂ ਉਸ ਮਿਨਿਸਟਰੀ ਦੇ ਵਿੱਚ ਵੱਡੀ ਅਹੁਦੇਦਾਰੀਆਂ ਸੰਭਾਲਦੀਆਂ ਹਨ। ਲੇਕਿਨ 2017 ਦੇ ਵਿੱਚ ਜਦ ਚੋਣ ਹੁੰਦੀ ਹੈ ਵਿਧਾਨ ਸਭਾ ਦੀ, ਤਾਂ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਵੀ ਜਿਹੜੀ ਅਸੀਂ ਵੇਖੀ ਹੈ ਕਿ ਐਂਟਰੀ ਹੋ ਜਾਂਦੀ ਹੈ ਪੰਜਾਬ ਦੇ ਵਿੱਚ। 2014 ਦੇ ਵਿੱਚ ਉਹ ਪਾਰਲੀਮੈਂਟ ਇਲੈਕਸ਼ਨ ਜਿੱਤਦੇ ਹਨ, 4 ਸੀਟਾਂ ਉਹਨਾਂ ਨੂੰ ਬਕਾਇਦਾ ਮਿਲਦੀ ਹੈ। 2017 ਦੇ ਵਿੱਚ 117 ਸੀਟਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੀ ਦਾਅਵੇਦਾਰੀ ਠੋਕਦੀ ਹੈ ਪੰਜਾਬ ਦੇ ਵਿੱਚ। ਪਰ 2017 ਦੇ ਵਿੱਚ ਵੀ ਲੋਕ ਰਿਵਾਇਤੀ ਪਾਰਟੀਆਂ ਦੇ ਉੱਤੇ ਹੀ ਵਿਸ਼ਵਾਸ ਕਰਕੇ ਕਾਂਗਰਸ ਨੂੰ ਜੇਤੂ ਬਣਾਉਂਦੇ ਹਨ। ਆਮ ਆਦਮੀ ਪਾਰਟੀ ਜਿਹੜੀ ਕਿ ਨਵੀਂ ਪਾਰਟੀ ਜਿਹਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਉਹ ਦੂਜੀ ਵਿਰੋਧੀ ਧਿਰ ਦੇ ਵਜੋਂ ਸਾਹਮਣੇ ਉੱਭਰ ਕੇ ਆਉਂਦੀ ਹੈ। ਸ਼੍ਰੋਮਣੀ ਅਕਾਲੀ ਦਲ 3 ਨੰਬਰ 'ਤੇ ਰਹਿੰਦੀ ਹੈ। ਫਿਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਵ ਜਿਹੜੇ ਨੇ ਪੱਤਰਕਾਰ ਕਰਦੇ ਹਨ, ਵਿਰੋਧੀ ਧਿਰ ਕਰਦੇ ਹਨ,
ਤਾਂ ਉਹ ਆਸ਼ਵਾਸਨ ਦਿੰਦੇ ਹਨ ਕਿ ਅਸੀਂ ਬਹੁਤ ਜਲਦ ਜਿਹੜੇ ਬੇਅਦਬੀ ਮਾਮਲੇ ਨੂੰ ਲੈ ਕੇ ਜੋ ਵੀ ਦੋਸ਼ੀ ਸੀਗੇ ਉਹਨਾਂ ਨੂੰ ਜ਼ਰੂਰ ਸਾਹਮਣੇ ਲੈ ਕੇ ਆਵਾਂਗੇ। ਲੇਕਿਨ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ, ਹਜੇ ਤੱਕ ਉਹ ਇਸ਼ੂ ਉੱਥੇ ਪਈ ਹਨ, ਉਹਨਾਂ ਇਸ਼ੂਜ਼ ਦੇ ਉੱਤੇ ਹਜੇ ਕੋਈ ਵੀ ਗੱਲ ਜਿਹੜੀ ਹੈ ਬਾਕਾਇਦਾ ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਵੱਲੋਂ ਨਹੀਂ ਕੀਤੀ ਜਾਂਦੀ। ਪਹਿਲਾਂ ਇਸ ਇਸ਼ੂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ 'ਤੇ ਆਉਂਦੀ ਹੈ, ਫਿਰ ਉਸ ਤੋਂ ਬਾਅਦ ਜਦ ਉਸੀ ਪਾਰਟੀ ਦੇ ਵਿੱਚ ਕੰਮ ਕਰਦੇ ਹੋਏ ਕਈ ਸਾਰੇ ਸੀਨੀਅਰ ਲੀਡਰਸ ਨੂੰ ਇਹ ਯਾਦ ਆਉਂਦਾ ਕਿ ਇਹ ਤਾਂ ਕੌਮ ਦੇ ਨਾਲ ਧੋਖਾ ਹੋ ਰਿਹਾ, ਕਿ ਜਿੱਥੇ ਇੱਕ ਹੀ ਪਰਿਵਾਰ ਇਸ ਪਾਰਟੀ ਨੂੰ ਚਲਾਉਂਦਾ ਔਰ ਇੱਕ ਹੀ ਪਰਿਵਾਰ ਨਿਯਮ ਬਣਾਉਂਦਾ ਔਰ ਇੱਕ ਹੀ ਪਰਿਵਾਰ ਕਾਨੂੰਨ ਜਿਹੜਾ ਉਹਨੂੰ ਸਾਹਮਣੇ ਲੈ ਕੇ ਆਉਂਦਾ ਔਰ ਸ਼ਰੇਆਮ ਉਹਦੀ ਧੱਜੀਆਂ ਉਡਾਉਂਦਾ, ਜਿਹਦੇ ਵਿੱਚ ਕਈ ਸਾਰੇ ਜਿਹੜੇ ਅਹਿਮ ਨਾਮ ਸੀਗੇ ਉਹ ਨਾਮ ਜਿਹੜੇ ਨੇ ਉਹ ਸ਼ਖਸੀਅਤਾਂ ਜਿਹੜੀਆਂ ਹਨ ਉਹ ਆਪਣੇ ਆਪ ਨੂੰ ਵੱਖ ਕਰ ਲੈਂਦੀਆਂ, ਜਿਹਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਟਕਸਾਲੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਨੀਂਵ ਰੱਖਦੇ ਹਨ, ਜਿਹਦੇ ਵਿੱਚ ਉਹ ਕਈ ਸਾਰੇ ਅਹਿਮ ਲੀਡਰਸ ਨੂੰ ਜੋੜ ਲੈਂਦੇ ਹਨ। ਸਵਾਲ ਵੱਡਾ ਇਹ ਬਣਦਾ ਕਿ 2017 ਤੋਂ ਬਾਅਦ ਹੀ ਕਿਉਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੇ ਨੇ ਉਹ ਵੱਖ ਹੋਣਾ ਸ਼ੁਰੂ ਹੋ ਜਾਂਦੇ ਹਨ, ਕਿ ਵਾਕਈ ਹੀ ਉਹਨਾਂ ਨੂੰ ਕੌਮ ਦਾ ਦਰਦ ਹੈ ਜਾਂ ਫਿਰ ਉਹਨਾਂ ਦੇ ਅੰਦਰ ਜ਼ਮੀਰ ਜਾਗਿਆ ਜਾਂ ਫਿਰ ਉਹਨਾਂ ਨੂੰ ਆਪਣਾ ਕੌਮ ਯਾਦ ਆ ਗਈ ਜਾਂ ਫਿਰ ਉਹਨਾਂ ਨੂੰ ਇਹ ਯਾਦ ਆ ਗਿਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਫਰਮਾਨ ਜਾਰੀ ਹੁੰਦੇ ਹਨ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਯਾਨੀ ਕਿ ਇੱਕ ਹੀ ਪਰਿਵਾਰ ਦੀ ਜੇਬ ਤੋਂ ਨਿਕਲਦੇ ਹਨ ਜਾਂ ਫਿਰ ਵਾਕਈ ਹੀ ਉਹਨਾਂ ਨੂੰ ਪੰਥ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਦਰਦ ਆ ਗਿਆ। ਲੇਕਿਨ ਇਹ ਤਾਂ ਇੱਕ ਤਸਵੀਰ ਜਿਹੜੀ ਹੈ ਸਾਹਮਣੇ ਰੱਖੀ ਗਈ ਹੈ। ਹੁਣ ਮੁੱਦਾ ਕੀ ਹੈ? ਮੁੱਦਾ ਇਹ ਹੈਗਾ ਸਿਆਸੀ ਪੰਡਤਾਂ ਤੋਂ, ਔਰ ਜਦ ਅਸੀਂ ਇਸ ਮੁੱਦੇ ਦੇ ਅੰਦਰ ਤੱਕ ਜਾਂਦੇ ਹਾਂ ਤਾਂ ਕਈ ਸਾਰੇ ਸਵਾਲ ਖੜ੍ਹੇ ਹੋ ਜਾਂਦੇ ਹਨ ਕਿ ਕੀ ਇਹ ਇੱਕ ਲੌਬੀ ਜਿਹੜੀ ਹੈ ਕ੍ਰੀਏਟ ਕੀਤੀ ਜਾ ਰਹੀ ਹੈ। ਹੁਣ ਹਾਲ ਫਿਲਹਾਲ ਦੇ ਵਿੱਚ ਦਿੱਲੀ ਤੋਂ ਖਬਰ ਸਾਹਮਣੇ ਆਈ ਕਿ ਭਾਈਵਾਲ ਜਿਹੜਾ ਉਹ ਟੁੱਟ ਗਿਆ, ਚੋਣ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਦੇ ਵਿੱਚ ਨਹੀਂ ਲੜੇਗੀ। ਸਵਾਲ ਅਸੀਂ ਖੜ੍ਹੇ ਕੀਤੇ ਕਿ ਹੁਣ ਇਹੀ ਸ਼੍ਰੋਮਣੀ ਅਕਾਲੀ ਦਲ ਆਪਣਾ ਸਟੈਂਡ ਪੰਜਾਬ ਦੇ ਵਿੱਚ ਵੀ ਕਲੀਅਰ ਕਰੇਗੀ, ਬੀਬੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇਗੀ, ਲੇਕਿਨ ਵਜ਼ਾਰਤ ਦੇ ਲਈ ਉਹਨਾਂ ਨੂੰ BJP ਦੇ ਅੱਗੇ ਹੀ ਔਰ BJP ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੀ ਅੱਗੇ ਹੀ ਨਤਮਸਤਕ ਹੋਣਾ ਪੈਂਦਾ ਕਿਉਂਕਿ ਵਜ਼ਾਰਤ ਚਾਹੀਦੀ ਹੈ। ਲੇਕਿਨ ਅੰਦਰ ਖਾਤੇ ਤੋਂ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ BJP ਵੀ ਕਿੱਥੇ ਨਾ ਕਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਵਜੂਦ ਨੂੰ ਲੈ ਕੇ ਪਰੇਸ਼ਾਨ ਹੈ। ਉਹ ਵੀ ਚਾਹੁੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਉਹ ਇੱਕ ਹੀ ਪਰਿਵਾਰ ਤੱਕ ਸੀਮਤ ਨਾ ਰਹੇ, ਪਰ ਇਹ ਵੀ ਗੱਲ ਕਿਆਸ ਲਗਾਏ ਜਾਂਦੇ ਹਨ ਕਿ ਜਦ ਤੱਕ ਪ੍ਰਕਾਸ਼ ਸਿੰਘ ਬਾਦਲ ਹਨ ਤਦ ਤੱਕ ਪੰਜਾਬ ਦੇ ਵਿੱਚ ਭਾਈਵਾਲ ਜਿਹੜੀ ਹੈ ਉਹ ਨਹੀਂ ਟੁੱਟ ਸਕਦੀ। ਲੇਕਿਨ BJP ਕਿੰਨਾ ਇੰਪੋਰਟੈਂਟ ਰੋਲ ਪਲੇ ਕਰ ਰਹੀ ਹੈ ਆਪਣੇ ਆਪ ਨੂੰ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਲਿਆਉਣ ਦੇ ਲਈ, ਇਹ ਵੀ ਸਮਝਣਾ ਸਾਡੇ ਲਈ ਜ਼ਰੂਰੀ ਹੈ। 2017 ਦੇ ਵਿੱਚ ਚੋਣਾਂ ਹੁੰਦੀਆਂ ਹਨ ਜਿਹਦੇ ਵਿੱਚ ਜਿੰਨੇ ਵੀ ਸਮੁੱਚੀ ਲੀਡਰਸ਼ਿਪ ਟਕਸਾਲੀ ਆਗੂਆਂ ਵਜੋਂ ਅੱਜ ਜਿਨ੍ਹਾਂ ਨੇ ਆਪਣੀ ਪਾਰਟੀ ਬਣਾਈ ਹੈ ਉਹ 2017 ਦੇ ਵਿੱਚ ਚੋਣ ਲੜਦੇ ਹਨ ਵਿਧਾਨ ਸਭਾ ਦੀਆਂ, ਜਿਹਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਪੂਰਾ ਸਾਥ ਨਿਭਾਉਂਦੇ ਹਨ ਔਰ ਕਹਿੰਦੇ ਹਨ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰ ਹਾਂ। ਲੇਕਿਨ ਹੌਲੀ 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 ਜਦ ਜਿਸ ਤਰੀਕੇ ਨਾਲ BJP ਆਪਣਾ ਵਜੂਦ ਭਾਰਤ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਕਾਮਯਾਬ ਕਰਦੀ ਹੈ ਉਵੇਂ ਹੀ ਉਹਨਾਂ ਦੀ ਨਜ਼ਰ ਪੰਜਾਬ ਦੇ ਵਿੱਚ ਵੀ ਕਿੱਥੇ ਨਾ ਕਿੱਥੇ ਚਲੀ ਜਾਂਦੀ ਹੈ। ਉਹਦਾ ਕਾਰਨ ਫੈਕਟਸ ਇਹ ਹਨ ਕਿ ਤੁਸੀਂ ਵੇਖੋ ਕਿ 2017 ਤੋਂ ਬਾਅਦ 2018 ਦੇ ਮਿਡ ਦੇ ਵਿੱਚ ਯਾਨੀ ਕਿ ਬਕਾਇਦਾ 16 ਦਸੰਬਰ 2018 ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਵੱਖ ਹੁੰਦੇ ਹਨ। ਵੱਖ ਹੋਣ ਦਾ ਕਾਰਨ ਕਿ ਮੇਰੀ ਜਿਹੜੀ ਹੈ ਹੁਣ ਸੁਖਬੀਰ ਬਾਦਲ ਹੋਰਾਂ ਦੇ ਨਾਲ ਨਹੀਂ ਬਣ ਰਹੀ। ਇੱਕ ਤੋਂ ਬਾਅਦ ਇੱਕ ਝੜੀ ਲੱਗ ਜਾਂਦੀ ਹੈ, ਉਸ ਤੋਂ ਬਾਅਦ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖੋਂ ਜਿਹੜੀ ਹੈ ਸੀਨੀਅਰ ਲੀਡਰ ਲੰਬੇ ਸਮੇਂ ਤੋਂ ਅਕਾਲੀਆਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਔਰ ਖੁਦ ਆਪ ਵੀ ਆਪਣੇ ਆਪ ਨੂੰ ਅਕਾਲੀ ਕਹਿੰਦੇ ਹਨ, ਜਿਸ ਕਰਕੇ ਹੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਗੂ ਵਜੋਂ ਆਪਣੀ ਇੱਕ ਨਵੀਂ ਪਾਰਟੀ ਦੀ ਚੋਣ ਕੀਤੀ। ਦਿੱਲੀ ਤੋਂ ਮਨਜੀਤ ਸਿੰਘ GK ਪਾਰਟੀ ਛੱਡਦੇ ਹਨ, ਫਿਰ ਹੁਣ ਸੁਖਦੇਵ ਸਿੰਘ ਢੀਂਡਸਾ, ਉਹਨਾਂ ਦੇ ਪੁੱਤ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਛੱਡਦੇ ਹਨ, ਤਾਂ ਵੱਡੇ ਪੱਧਰ 'ਤੇ ਪਹਿਲਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਤੋਂ ਬਾਅਦ ਇੱਕ ਵੱਡੇ ਪੱਧਰ 'ਤੇ ਪ੍ਰੋਗਰਾਮ ਕੀਤਾ ਜਾਂਦਾ
उस तो बाद दिल्ली दे विच एक वड्डे पद्धर ते प्रोग्राम किया जाता है, तो एक आगाज किया जाता है कि असी श्रोमणी अकाली दल बादल तो बाहर हाँ, असी एक अपनी नवी पार्टी बना ली है। खबर सियासी बनता तो यह आती है कि श्रोमणी अकाली दल टकसाली जिदे विच ए सारी परसनैलिटीज़ हैं इन्हां दी उत्ते हाथ किदा है, और जे 2022 दे विच चोण लड़दे हैं तो फिर रणजीत सिंह ब्रह्मपुरा अपना बयान जारी करते हैं अज कि असी चाहते हाँ कि सच्ची छवि वाले ईमानदार आगू सानू ज्वाइन करन, और उन्होंने बकायदा तौर के उत्ते नवजोत सिंह सिद्धू नू भी कहता कि तुसी आके साड़ी पार्टी ज्वाइन करो और तुसी साड़े पार्टी दे सीएम कैंडिडेट दे फेस बनो। नवजोत सिंह सिद्धू की तरफ तो हजे तक कोई भी प्रतिक्रम सामने नहीं आए हैं, लेकिन सोचना यह होगा सानू अज इस मंच के उत्ते तैयारी किस चीज़ की हो रही है कि नवजोत सिंह सिद्धू 2022 दे विच कांग्रेस पार्टी छड़ के टकसालियां नू ज्वाइन करते हैं। कहा यह भी जा रहा है कि जेडे टकसाली हैं सियासी पंडतों तो एक लगातार खबर सामने आ रही है कि यह बीजेपी की बी टीम है जिदे विच आने वाले समय के आनंदपुर साहब तो एम पी रह चुके प्रोफेसर चंदू प्रेम सिंह चंदू माजरा भी बहुत जल्द श्रोमणी अकाली दल बादल नू छड़ के टकसालियां नू ज्वाइन कर सकते हैं। बकायदा टकसाली आगुआ की मीटिंग होंदी है चंदू माजरा जी दे कोल, और चंदू माजरा जी तीन चार दिनों तो बयान उन्होंने वेखन नू मिल रहे हैं जेडे कि लगभग अगेंस्ट जा रहे हैं श्रोमणी अकाली दल बादल दे। तां इह की वड्डी रणनीति जिहड़ी है तैयार की जा रही है 2022 दे विच पंजाब दी चोणां दे विच। बीजेपी पहला छड़ के आए नवजोत सिंह सिद्धू जिहड़े कि बीजेपी दी फेस सीगे, हुण अजकल कांग्रेस दे फेस हन, की 2022 दे विच ओह टकसाली आगुआं दे फेस होणगे, की टकसाली आगू बीजेपी दे नाल रल के पंजाब दे विच सरकार बनाएगी जिहदे सीएम कैंडिडेट नवजोत सिंह सिद्धू होणगे। कई सारे कयास लगाए जा रहे हैं, इन्हां कयासां दे उत्ते माहिर की कुछ समझते हैं उन्होंने उत्ते जवाब लवेंगे। यही है अज का मुद्दा, मिलते हैं ब्रेक तो बाद। ब्रेक तो बाद स्वागत है, मेरे नाल भुपिंदर सिंह खालसा फोन लाइन पर मौजूद हैं मिशिगन तो, सियासी माहिर हैं और लंबे समय का उन्होंने तजुर्बा हैगा, कई सारे पार्टियां के जेड़े सीनियर लीडर हैं उन्होंने परसनली भी जानते हैं और इन पार्टियां के विच विचरे भी हैं, और जब अकाली दल की इस पार्टी की फॉरमेशन हुई सी तो उसदे विच भी अपनी अहम भूमिका निभा चुके हैं, तो अजकल मिशिगन रहिंदे हैं कैंटन के विच, उन्हों का असीं निघा स्वागत करते हैं इस मंच के उत्ते। खालसा जी वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੁਪਿੰਦਰ ਸਿੰਘ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਆਗੂ ਜਿਨ੍ਹਾਂ ਨੇ ਇੱਕ ਨਵੀਂ ਪਾਰਟੀ ਦੀ ਫਾਰਮੇਸ਼ਨ ਕੀਤੀ ਹੈ, ਇਹਦਾ ਭਵਿੱਖ ਤੁਹਾਨੂੰ ਕੀ ਲੱਗਦਾ ਔਰ ਕਿਸ ਕਰਕੇ ਇਹਦੀ ਕੀਤੀ ਗਈ? ਵਾਕਈ ਹੀ ਜਿਹੜੇ ਸਿੱਖੀ ਸਿਧਾਂਤ ਔਰ ਅਸੂਲਾਂ ਦੀ ਗੱਲ ਲੰਬੇ ਸਮੇਂ ਤੋਂ ਇੱਕ ਮੰਗ ਸੀਗੀ ਸਾਡੀ ਕੌਮ ਦੀ ਕਿ ਅੱਜ ਹੀ ਇੱਕ ਪਾਰਟੀ ਪੰਜਾਬ ਦੇ ਵਿੱਚ ਆਏ ਜੋ ਕਿ ਪੰਜਾਬ ਨੂੰ ਇੱਕ ਨਵਾਂ ਭਵਿੱਖ ਔਰ ਇੱਕ ਨਵੀਂ ਉਡਾਨ ਦੇ ਸਕੇ, ਤੁਹਾਨੂੰ ਲੱਗਦਾ ਕਿ ਇਹ ਸਭ ਕੁਝ ਸਮੀਕਰਨ ਜਿਹੜੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਬਣੇ ਹਨ? ਮੈਂ ਆਲੂਵਾਲੀਆ ਸਾਹਿਬ ਸਭ ਤੋਂ ਪਹਿਲਾਂ ਦੇ ਤੁਹਾਡੇ ਜਸ ਪੰਜਾਬੀ ਦੇ ਸਮੂਹ ਸਰੋਤਿਆਂ ਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਜਿਹੜਾ ਟਕਸਾਲੀ ਅਕਾਲੀ ਦਲ ਬਣਾਇਆ ਗਿਆ ਜਾਂ ਜਿਹਨੂੰ ਟਕਸਾਲੀ ਅਕਾਲੀ ਦਲ ਕਿਹਾ ਜਾਂਦਾ ਜੀ, ਮੈਂ ਇਹ ਗੱਲ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਸ ਵੇਲੇ ਬਾਦਲ ਅਕਾਲੀ ਦਲ ਬਣ ਚੁੱਕਾ ਜਾਂ ਜਿਹਨੂੰ ਬਾਦਲ ਅਕਾਲੀ ਦਲ ਕਿਹਾ ਜਾਂਦਾ, ਉਹਦੇ ਵਿੱਚੋਂ ਨਿਕਲੇ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਇੱਕ 1919 ਦੇ ਵਿੱਚ ਜਾਂ 18 ਦੇ ਵਿੱਚ ਕੁਛ ਬੰਦੇ ਨਿਕਲੇ, ਉਹਨਾਂ ਨੇ ਇੱਕ ਪਾਰਟੀ ਫਾਰਮ ਕਰ ਲਈ ਟਕਸਾਲੀ ਅਕਾਲੀ ਦਲ ਜੀ, ਜਦੋਂ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਜੀ ਉਹ ਇੱਕ ਬਹੁਤ 100 ਸਾਲ ਜਿਹੜਾ ਪੂਰਾ ਹੋਣਾ, 100 ਸਾਲ ਦਾ ਜਿਹੜਾ ਜਸ਼ਨ ਵੀ ਮਨਾਇਆ ਜਾਣਾ, ਔਰ ਇਹ ਟਕਸਾਲੀਆਂ ਨੇ ਬਾਹਰ ਨਿਕਲ ਕੇ ਇੱਕ ਪਾਰਟੀ ਫਾਰਮ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਆਏ ਔਰ ਉਹਨਾਂ ਨੇ 1 ਸਾਲ ਬਿਲਕੁਲ ਚੁੱਪ ਵੱਟੀ ਰੱਖੀ ਔਰ ਸਾਰੇ ਜੋ ਵੀ ਇਹ ਘਟਨਾਕ੍ਰਮ ਸੀਗਾ ਉਹਦੇ ਉੱਤੇ ਨਜ਼ਰ ਰੱਖੀ ਜੀ। ਔਰ ਮੈਂ ਟਕਸਾਲੀਆਂ ਦੀ ਗੱਲ ਵੀ ਨਹੀਂ ਕਰਦਾ, ਮੈਂ ਬਾਦਲ ਅਕਾਲੀ ਦਲ ਦੀ ਵੀ ਗੱਲ ਕਰਦਾ, ਮੈਂ ਇਹ ਗੱਲ ਆਲੂਵਾਲੀਆ ਸਾਹਿਬ
ਦਾਅਵੇ ਨਾਲ ਕਹਿੰਦਾ ਕਿ ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਇੱਕ ਸਟੈਪ ਚੁੱਕਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰ ਕਰਨਾ, ਨਾ ਕਿ ਅਸੀਂ ਕੋਈ ਨਵੀਂ ਪਾਰਟੀ ਫਾਰਮ ਕਰਨੀ ਆ। ਔਰ ਮੈਂ ਵੀ ਉਸ ਜਿਹੜਾ ਆ ਉਸੇ ਹੀ ਵਿਚਾਰਧਾਰਾ ਦਾ ਇੱਕ ਆਦਮੀ ਆ, ਉਸੇ ਵਿਚਾਰਧਾਰਾ ਦਾ ਹੀ ਇੱਕ ਅਕਾਲੀ ਆ ਕਿ ਇਹ ਜੋ ਅਕਾਲੀ ਦਲ ਦੇ ਉੱਤੇ ਇੱਕ ਪਰਿਵਾਰ ਦਾ ਕਬਜ਼ਾ ਹੋ ਚੁੱਕਾ ਔਰ ਇੱਕ ਥਾਂ ਤੇ ਜਿਹੜੀ ਜਿੰਨੀ ਵੀ ਸਾਡੀ ਪਾਵਰ ਆ ਉਹ ਸੈਂਟਰਲਾਈਜ਼ ਹੋ ਚੁੱਕੀ ਆ, ਕਿਸੇ ਦੀ ਕੋਈ ਉੱਥੇ ਕੋਈ ਵਕਤ ਨਹੀਂ ਆ। ਇਹ ਜਿੰਨੇ ਪੁਰਾਣੇ ਸਾਡੇ ਲੀਡਰ ਸਾਹਿਬਾਨ ਨੇ ਇਹਨਾਂ ਨੇ ਕੋਸ਼ਿਸ਼ ਕੀਤੀ ਔਰ ਕੋਸ਼ਿਸ਼ ਕਰ ਰਹੇ ਆ, ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਜਿੱਦਾਂ ਨਾਂ ਰੱਖੇ ਗਏ ਆ ਵੱਖ ਵੱਖ, ਕੋਈ ਟਕਸਾਲੀ ਅਕਾਲੀ ਬਣ ਗਿਆ, ਕੋਈ ਜਾਗੋ ਪਾਰਟੀ ਬਣ ਗਈ ਆ ਉੱਥੇ ਦਿੱਲੀ ਦੇ ਵਿੱਚ ਜੀ ਕੇ ਸਾਹਿਬ ਨੇ, ਔਰ ਮੇਰੀ ਨੌਲੇਜ ਦੇ ਮੁਤਾਬਕ ਮੇਰੇ ਮੁਤਾਬਕ ਇਹ ਸਾਰੇ ਲੋਕ ਜਿਹੜੇ ਆ ਭਾਵੇਂ ਉਹ 1920 ਵਾਲਾ ਅਕਾਲੀ ਦਲ ਆ ਰਵਿੰਦਰ ਸਿੰਘ ਵਾਲਾ, ਔਰ ਇਹ ਬੜੀ ਛੇਤੀ ਇੱਕ ਉਸੇ ਹੀ ਅਕਾਲੀ ਦਲ ਨੂੰ ਸੁਰਜੀਤ ਕਰਨ ਵਾਸਤੇ ਆਪਣੇ ਆਪ ਨੂੰ ਮੈਂ ਕਹਿੰਦਾ ਕਿ ਇੱਕ ਪਾਵਰ ਗਰੁੱਪ ਜਿਹਨੂੰ ਕਿਹਾ ਜਾ ਸਕਦਾ, ਪ੍ਰੈਸ਼ਰ ਗਰੁੱਪ ਜਿਹਨੂੰ ਕਿਹਾ ਜਾ ਸਕਦਾ, ਇੰਨਾ ਕੁ ਪ੍ਰੈਸ਼ਰ ਕ੍ਰੀਏਟ ਕਰ ਦਿੱਤਾ ਜਾਊਗਾ ਪੰਜਾਬ ਦੇ ਵਿੱਚ। ਔਰ ਇਹ ਜਿਹੜੀ ਅੱਜ ਜਿਹੜੇ ਕਾਬਜ਼ ਹੋ ਕੇ ਜਿਹਨਾਂ ਨੇ ਅਕਾਲੀ ਦਲ ਨੂੰ ਕਿਰਾਏ ਪਾਇਆ, ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਉਹ ਬਿਲਕੁਲ ਉਹਦੇ ਵਿੱਚ ਪਿਓਰਿਟੀ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਸੁਰਜੀਤ ਕੀਤਾ ਜਾਊ। ਬਵਿੰਦਰ ਸਿੰਘ ਜੀ, ਇੱਕ ਸਵਾਲ ਇੱਥੇ ਵੱਡਾ ਇਹ ਵੀ ਬਣਦਾ ਕਿ 2017 ਤੋਂ ਬਾਅਦ ਹੀ, ਕਿਉਂਕਿ ਲਗਭਗ ਗੱਲਾਂ ਮੈਚ ਕਰਦੀਆਂ ਹਨ, ਕਿਉਂਕਿ ਮੈਂ ਇਸ ਕਰਕੇ ਰੱਖਣਾ ਚਾਹੁੰਦਾ ਇਸ ਮੰਚ ਦੇ ਉੱਤੇ ਕਿ ਤੁਸੀਂ ਇਸ ਤਸਵੀਰ ਨੂੰ ਥੋੜ੍ਹਾ ਜਿਹਾ ਸਾਫ਼ ਕਰੋ। ਨਵਜੋਤ ਸਿੰਘ ਸਿੱਧੂ BJP ਨੂੰ ਛੱਡ ਕੇ ਕਾਂਗਰਸ ਪਾਰਟੀ ਨੂੰ ਜੁਆਇਨ ਕਰਦੇ ਹਨ, ਹੋ ਸਕਦਾ ਕਿ ਉਹਨਾਂ ਦੀ BJP ਦੇ ਵਿੱਚ ਜਿਹੜੀ ਦਾਲ ਹੈ ਉਹ ਨਹੀਂ ਗਲ ਰਹੀ ਸੀ, ਨਾਲੇ ਉਹਨਾਂ ਨੂੰ ਇਹ ਵੀ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ। ਉਸ ਤੋਂ ਬਾਅਦ ਭੁਪਿੰਦਰ ਜੀ ਮੇਰਾ ਇੱਕ ਵਾਰੀ ਇਹ ਸਵਾਲ ਸੁਣੋ, ਉਸ ਤੋਂ ਬਾਅਦ ਮੈਂ ਤੁਹਾਡੇ ਸਪਸ਼ਟੀਕਰਨ ਚਾਹਾਂਗਾ। ਉਸ ਤੋਂ ਬਾਅਦ ਟਕਸਾਲੀ ਆਗੂਆਂ ਦਾ ਆਗਾਜ਼ ਹੁੰਦਾ ਜਿਹਦੇ ਵਿੱਚ ਇਹ ਵੱਡੇ ਸਾਰੇ ਨਾਂ ਜਿਹੜੇ ਨੇ ਸਾਹਮਣੇ ਆਉਂਦੇ ਹਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਦੇ ਹਨ, ਬਾਦਲ ਨੂੰ ਛੱਡਦੇ ਹਨ, ਮੈਂ ਇਸ ਗੱਲ ਨੂੰ ਕਹਾਂਗਾ। ਟਕਸਾਲੀ ਆਗੂਆਂ ਦਾ ਆਗਾਜ਼ ਹੁੰਦਾ ਔਰ ਉਹ ਆਪਣੀ ਇੱਕ ਨਵੀਂ ਪਾਰਟੀ ਦੀ ਫੋਰਮੇਸ਼ਨ ਕਰਦੇ ਹਨ। ਹੁਣ ਤੁਸੀਂ ਇਸ ਥੋੜ੍ਹੀ ਜਿਹੀ ਚੈਸ ਨੂੰ ਸਮਝਣਾ ਕਿ ਕਿਵੇਂ ਇਹ ਜਿਹੜੇ ਮੈਂ ਕਹਾਂਗਾ ਕਿ ਪੋਲੀਟੀਕਲ ਸਟੈਪਸ ਹਨ ਉਹ ਚੱਲ ਰਹੇ ਹਨ, ਅਤੇ ਉਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਜਾਂਦਾ ਹੈ, ਮੀਡੀਆ ਦੇ ਵਿੱਚ ਖਬਰ ਸਾਹਮਣੇ ਆਉਂਦੀ ਹੈ, ਬਕਾਇਦਾ ਕਈ ਸਾਰੀ ਹੈੱਡਲਾਈਨਾਂ ਅੱਜ ਅਖਬਾਰ ਦੇ ਵਿੱਚ ਪੰਜਾਬ ਦੀ ਜੇਕਰ ਤੁਸੀਂ ਉਠਾ ਕੇ ਵੇਖੋਗੇ ਸਾਹਮਣੇ ਆਈ ਕਿ ਰਣਜੀਤ ਸਿੰਘ ਬ੍ਰਹਮਪੁਰਾ ਔਰ ਕਈ ਸਾਰੇ ਟਕਸਾਲੀ ਆਗੂਆਂ ਨੇ ਪ੍ਰੈਸ਼ਰ ਕੀਤਾ ਕਿ ਜੇ ਤੁਹਾਡਾ ਮਨ ਕਾਂਗਰਸ ਦੇ ਵਿੱਚ ਨਹੀਂ ਲੱਗ ਰਿਹਾ, ਪੰਜਾਬ ਦੇ ਬਾਰੇ ਤੁਸੀਂ ਇੰਨੇ ਹੀ ਵਚਨਬੰਧ ਹੋ, ਸਾਨੂੰ ਜੁਆਇਨ ਕਰ ਲਵੋ। ਰਾਈਟ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾਂ ਹੀ ਭਾਈਵਾਲ BJP ਦੇ ਨਾਲ ਹੈ, ਅਤੇ ਤੁਹਾਨੂੰ ਲੱਗਦਾ ਕਿ 2022 ਦੇ ਵਿੱਚ ਜੇ ਅਗਰ ਜਿੰਨੀ ਵੀ ਸਮੁੱਚੀ ਲੀਡਰਸ਼ਿਪ ਅਗਰ ਟਕਸਾਲੀਆਂ ਨੂੰ ਜੁਆਇਨ ਕਰਦੇ ਹਨ, ਭਾਵੇਂ ਉਹ ਕਾਂਗਰਸ ਪਾਰਟੀ ਤੋਂ ਆਏ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਆਏ, ਕੀ ਉਹ BJP ਦੇ ਨਾਲ ਭਾਈਵਾਲ ਬਣਾ ਕੇ ਨਵਜੋਤ ਸਿੰਘ ਸਿੱਧੂ ਨੂੰ CM ਦਾ ਚਿਹਰਾ ਉਤਾਰ ਸਕਦੇ ਹਨ? ਦੇਖੋ, ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਆ ਜੀ, ਨਵਜੋਤ ਸਿੰਘ ਸਿੱਧੂ ਜਦੋਂ ਪਹਿਲੀ ਵਾਰੀ 2004 'ਚ ਅੰਮ੍ਰਿਤਸਰ 'ਚ ਆਇਆ BJP ਦਾ ਕੈਂਡੀਡੇਟ ਬਣ ਕੇ ਜੀ, ਉਹ ਇੱਕ ਇਹੋ ਜਿਹੀ ਸ਼ਖਸੀਅਤ ਆ, ਸਥਾਨਕ ਜਿਹੜੀ BJP ਦੀ ਇਕਾਈ ਸੀ ਉਹਨਾਂ ਨੇ ਉਹਦਾ ਬਹੁਤ ਵਿਰੋਧ ਕੀਤਾ। ਮੈਂ ਉਹਦੇ ਵਿੱਚ ਬਿਲਕੁਲ ਉਹਦਾ ਇਲੈਕਸ਼ਨ ਇੰਚਾਰਜ ਸੀਗਾ ਸ਼੍ਰੋਮਣੀ ਅਕਾਲੀ ਦਲ ਵੱਲੋਂ, ਔਰ ਜਿਹੜੇ ਗੁਣ ਮੈਂ ਉਸ ਬੰਦੇ ਦੇ ਵਿੱਚ ਵੇਖੇ ਉਹ ਮੈਂ ਦਾਅਵੇ ਨਾਲ ਕਹਿੰਦਾ ਕਿ ਉਹ ਉੱਪਰ ਚੱਲਦਾ ਚੱਲਦਾ ਇੱਥੋਂ ਤੱਕ ਚਲਾ ਗਿਆ ਕਿ 2014 ਦੇ ਵਿੱਚ ਸਾਡੇ ਕੁਛ ਲੀਡਰਾਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੀ, ਸਾਡੇ ਕੁਛ ਲੀਡਰਾਂ ਨੇ ਉਹਦੇ ਤੋਂ ਖਤਰਾ ਜਿਹੜਾ ਨਾ ਉਹ ਇੰਜ ਲੱਗਿਆ ਕਿ ਜਿਵੇਂ ਇਹ ਸਾਡੇ ਵਾਸਤੇ ਇੱਕ ਖਤਰਾ ਪੈਦਾ ਹੋ ਜਾਊਗਾ ਔਰ ਅਸੀਂ ਇਹ ਸਾਡੇ ਤੇ ਹੈਵੀ ਹੋ ਜਾਊਗਾ, ਉਹਦੀ ਜਾਣ ਬੁੱਝ ਕੇ ਟਿਕਟ ਕਟਵਾਈ ਗਈ। ਠੀਕ ਹੈ, ਔਰ ਜੇਤਲੀ ਸਾਹਿਬ ਨੂੰ ਉੱਥੇ ਲਿਆਂਦਾ ਗਿਆ 2014 ਦੇ ਵਿੱਚ। ਠੀਕ ਹੈ, ਔਰ ਜਿਹੜੀ ਰਿਜੈਂਟਮੈਂਟ ਲੋਕਾਂ ਦੇ ਵਿੱਚ ਸੀਗੀ, ਜਿਹੜੀ ਸਿਮਪਤੀ ਸਿੱਧੂ ਦੇ ਨਾਲ ਲੋਕਾਂ ਦੇ ਵਿੱਚ ਸੀਗੀ, ਸਿੱਧੂ ਗਾਇਬ ਹੋ ਗਿਆ, ਸਿੱਧੂ ਬਿਲਕੁਲ ਜਿਵੇਂ ਅੱਜ ਚੁੱਪ ਕੀਤਾ ਨਾ, ਬਿਲਕੁਲ ਸਿੱਧੂ ਉਦੋਂ ਵੀ ਚੁੱਪ ਕਰ ਗਿਆ। ਠੀਕ ਹੈ, ਔਰ ਜੇਤਲੀ ਸਾਹਿਬ 1.5 ਲੱਖ ਵੋਟ ਤੋਂ ਹਰੇ। ਮੈਂ ਇਹ ਗੱਲ ਆਲੂਵਾਲੀਆ ਸਾਹਿਬ ਦਾਅਵੇ ਨਾਲ ਕਹਿੰਦਾ ਕਿ ਸਿੱਧੂ ਸਾਹਿਬ ਜੋ ਅੱਜ ਉਹਨਾਂ ਦੀ ਪੋਜੀਸ਼ਨ ਆ, ਅੱਜ ਦੀ ਪੋਜੀਸ਼ਨ ਦੇ ਹਿਸਾਬ ਨਾਲ ਇੱਕ ਗਲਤ ਮੈਸੇਜ ਜਾ ਰਿਹਾ ਉਹਨਾਂ ਦੇ ਬਾਰੇ, ਉਹਨਾਂ ਦੀ ਚੁੱਪ ਕਰਕੇ ਉਹ ਗਲਤ ਮੈਸੇਜ
ਜਾ ਰਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਕਿਸੇ ਆਫਰ ਨੂੰ ਜਾਂ ਕਿਸੇ ਲੋਲੀਪੋਪ ਨੂੰ ਉਹ ਇੰਜ ਝਾਕ ਲਾ ਕੇ ਵੇਖ ਰਹੇ ਨੇ ਅੰਦਰ ਵੜ ਕੇ ਕਿ ਕਿਹੜਾ ਵੇਲਾ ਹੋਵੇ ਕਿ ਕਾਂਗਰਸ ਪਾਰਟੀ ਮੈਨੂੰ ਪਤਾ ਨੀ ਕਦੋਂ ਕਿਹੜਾ ਅਹੁਦੇਦਾਰ ਬਣਾ ਦੂਗੀ। ਇਹ ਮੈਸੇਜ ਜਾ ਰਿਹਾ ਲੋਕਾਂ ਦੇ ਵਿੱਚ ਅੱਜ। ਓਕੇ, ਮੈਂ ਸਿੱਧੂ ਸਾਹਿਬ ਦਾ ਵੱਡਾ ਭਰਾ ਹੋਣ ਦੇ ਨਾਤੇ ਉਹਨਾਂ ਤੋਂ ਉਹਨਾਂ ਦਾ ਇੱਕ ਫੈਨ ਲਾ ਲਓ ਜਾਂ ਉਹਨਾਂ ਦਾ ਸਾਥੀ ਲਾ ਲਓ ਜਾਂ ਜੋ ਵੀ ਤੁਸੀਂ ਕਹਿ ਸਕਦੇ ਹੋ, ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਵੈਸੇ, ਠੀਕ ਹੈ, ਮੈਂ ਇਹ ਗੱਲ ਉਹਨਾਂ ਨੂੰ ਤੁਹਾਡੇ ਥਰੂ ਮੈਸੇਜ ਪਾਸ ਕਰਨਾ ਚਾਹੁੰਦਾ ਕਿ ਅੱਜ ਦੀ ਉਹਨਾਂ ਦੀ ਚੁੱਪ ਜਿਹੜੀ ਆ ਉਸ ਵਾਸਤੇ ਨੁਕਸਾਨਦੇਹ ਸਾਬਤ ਹੋ ਰਹੀ ਆ। ਉਹਨਾਂ ਦੇ ਸੁਭਾਅ ਦੇ ਉਲਟ ਉਹ ਚੁੱਪ ਕਰਕੇ ਬੈਠੇ ਆ ਔਰ ਉਹਦਾ ਜਿਹੜਾ ਮੈਸੇਜ ਜਾ ਰਿਹਾ ਲੋਕਾਂ ਦੇ ਵਿੱਚ ਇਹੀ ਜਾ ਰਿਹਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਕੋਈ ਆਫਰ ਨੂੰ ਜਿਹੜਾ ਨਾ ਉਡੀਕ ਰਹੇ ਆ ਔਰ ਉਹਦੀ ਵੇਟ ਦੇ ਵਿੱਚ ਹੀ ਬੈਠੇ ਆ। ਪਰ ਇੱਕ ਗੱਲ ਨੂੰ ਸਮਝੋ, ਜੇ ਅਗਰ ਡੈਮੋਕ੍ਰੈਟਿਕ ਜਿਹੜਾ ਅਲਾਈਅੰਸ ਹੋਇਆ ਟਕਸਾਲੀ ਆਗੂਆਂ ਦਾ, ਜੇਕਰ ਉਹ ਸਿੱਧੂ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ ਅੱਜ ਉਹ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਨਾਲ ਲੈ ਕੇ ਕੋਈ ਫਰੰਟ ਕਾਇਮ ਹੁੰਦਾ ਹੈ, ਜਿਵੇਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਇਹ ਲੀਡਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਸ਼ੁੱਧੀ ਚਾਹੁੰਦੇ ਆ, ਉਹਨਾਂ ਦੇ ਨਾਲ ਰਲ ਕੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸਟੈਂਡ ਕਰਦੇ ਆ। ਤੇ ਮੈਂ ਦਾਅਵੇ ਨਾਲ ਕਹਿੰਦਾ ਕਿ ਪਿਛਲੇ 100 ਸਾਲ ਤੇ ਕੀ ਆਉਣ ਵਾਲੇ 100 ਸਾਲ ਦੇ ਵਿੱਚ ਵੀ ਸਿੱਧੂ ਨੂੰ ਯਾਦ ਰੱਖਿਆ ਜਾਊਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇ ਕੋਈ ਨਿਧਾਰ ਆਇਆ ਸੀ ਤੇ ਇਹਨੇ ਪੁਰਾਣੇ ਲੀਡਰਾਂ ਦੇ ਨਾਲ ਰਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਸਟੈਂਡ ਕੀਤਾ। ਠੀਕ ਹੈ, ਤੁਹਾਨੂੰ ਲੱਗਦਾ ਕਿ ਇਟ ਵਿਲ ਬੀ ਅ ਗੁੱਡ ਡਿਸੀਜਨ, ਹੈ ਵਧੀਆ ਡਿਸੀਜਨ ਹੋਊਗਾ ਕਿ ਜੇ 2022 ਦੇ ਵਿੱਚ ਇਟ ਵਿਲ ਬੀ ਅ ਵੈਰੀ ਗੁੱਡ ਡਿਸੀਜਨ ਐਂਡ ਇਟ ਵਿਲ ਮੇਕ ਪੰਜਾਬ ਔਨ ਦੀ ਵੈਰੀ ਗੁੱਡ ਪਾਥ। ਠੀਕ ਹੈ, ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਜੇ ਸਰਦਾਰ ਸਿੰਘ ਸਿੱਧੂ ਅੱਜ ਉਹਦੇ ਕੋਲ ਮੌਕਾ, ਚਲੋ ਇਹ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਭੁਪਿੰਦਰ ਸਿੰਘ ਖਾਲਸਾ ਜੀ, ਤੁਸੀਂ ਆਪਣੇ ਪ੍ਰਤੀਕਰਮ ਇਸ ਮੰਚ ਦੇ ਉੱਤੇ ਰੱਖੇ। ਹੁਣ ਮੈਂ ਆਪਣੇ ਦਰਸ਼ਕਾਂ ਨੂੰ ਸੱਦਾ ਦੇਣਾ ਕਿ ਤੁਹਾਨੂੰ ਕੀ ਲੱਗਦਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਡੈਮੋਕ੍ਰੈਟਿਕ ਅਲਾਈਅੰਸ ਨੂੰ ਯਾਨੀ ਕਿ ਇਹਨਾਂ ਟਕਸਾਲੀਆਂ ਨੂੰ ਜੁਆਇਨ ਕਰਦੇ ਹਨ ਔਰ 2022 ਦੇ ਵਿੱਚ ਉਹ ਅਗਰ ਸੀਐਮ ਦੇ ਚਿਹਰੇ ਵਜੋਂ ਉਭਰ ਕੇ ਸਾਹਮਣੇ ਆਉਂਦੇ ਹਨ ਤਾਂ ਪੰਜਾਬ ਦੇ ਲਈ ਔਰ ਪੰਜਾਬੀ ਦੇ ਲਈ ਕਿੰਨਾ ਵਧੀਆ ਹੋਊਗਾ। ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਕਿ ਤੁਸੀਂ ਕਾਲ ਕਰਕੇ ਆਪਣੇ ਪ੍ਰਤੀਕਰਮ ਨਾਲ ਸਾਂਝੇ ਕਰੋ। ਤੁਹਾਡੇ ਥਰੂ ਇਹਨਾਂ ਵੀਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਜੀ, ਇੱਕ ਸੈਕਿੰਡ ਦਾ ਮੇਰਾ ਮੈਸੇਜ ਆ। ਮੈਂ ਸਮੂਹ ਆਪਣੇ ਐਨਆਈਏ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਇਹ ਫੇਸਬੁੱਕ ਦੇ ਉੱਤੇ ਸਾਡੇ ਛੋਟੇ ਛੋਟੇ ਵੀਰ ਜਿਹੜੇ ਆ, ਜਿਹੜੇ ਨਵੇਂ ਅਜੇ ਪਨੀਰੀ ਉੱਗ ਰਹੀ ਆ ਔਰ ਗੰਦੇ ਗੰਦੇ ਕਮੈਂਟ ਪਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਬਾਰੇ ਜਾਂ ਕੁਛ ਇਹੋ ਜਿਹੀਆਂ ਸ਼ਖਸੀਅਤਾਂ ਦੇ ਬਾਰੇ, ਤੁਹਾਨੂੰ ਲੱਗਦਾ ਕਿ ਪਰਿਵਾਰਵਾਦ ਕਰਕੇ ਜਿਹੜੀ ਪਾਰਟੀ ਨੂੰ ਵੀ ਨੁਕਸਾਨ ਪਹੁੰਚ ਰਿਹਾ ਕਿ ਲੋਕ ਪਾਰਟੀ ਦੇ ਬਾਰੇ ਵੀ ਜਿਹੜਾ ਮੰਦਭਾਗੀ ਗੱਲ ਕਰਦੇ ਨੇ? ਕੱਲਾ ਨਹੀਂ ਇਹ ਗੱਲ ਕਹਿੰਦਾ, ਪੰਜਾਬ ਦਾ ਹਰ ਬੰਦਾ ਇਹ ਗੱਲ ਕਹਿ ਰਿਹਾ ਕਿ ਪੰਜਾਬਵਾਦ, ਪੰਜਾਬ ਦੇ ਵਿੱਚ ਪਰਿਵਾਰਵਾਦ ਕਰਕੇ ਜਿਹੜੀ ਰਾਜਨੀਤੀ ਆ ਉਹ ਅੱਜ ਗੰਦਲੀ ਰਾਜਨੀਤੀ ਬਣ ਗਈ ਆ, ਜਿਹੜੀ ਸਾਡੀ ਪਰਿਵਾਰਵਾਦ ਚੱਲ ਰਿਹਾ ਉਹ ਬੁਰੇ ਨੇ, ਤੁਹਾਡਾ ਕਹਿਣ ਦਾ ਮਤਲਬ ਇਹ ਹੈਗਾ? ਬਿਲਕੁਲ, ਕਿਸੇ ਦਾ ਨਾਂ ਲੈ ਕੇ ਸਾਨੂੰ ਨਹੀਂ ਕਹਿਣਾ ਚਾਹੀਦਾ। ਉੱਥੇ ਸਾਰੇ ਲੋਕਾਂ ਨੂੰ ਪਤਾ ਕਿ ਪਰਿਵਾਰਵਾਦ ਕਿਹਨੇ ਪੈਦਾ ਕੀਤਾ, ਪਰਿਵਾਰਵਾਦ ਕਿੱਥੋਂ ਆਇਆ, ਪਰਿਵਾਰਵਾਦ ਕਿੱਧਰ ਨੂੰ ਜਾ ਰਿਹਾ, ਇਸ ਹਮਾਮੇ ਤੋਂ ਸਭੀ ਲੰਘੇ ਹੈ। ਚਲੋ, ਮਿਹਰਬਾਨੀ ਤੁਹਾਡੀ ਭੁਪਿੰਦਰ ਸਿੰਘ ਜੀ। ਸੋ ਕਈ ਸਾਰੇ ਅਹਿਮ ਦਰਸ਼ਕ ਜਿਹੜੇ ਨੇ ਉਹ ਇਸ ਪ੍ਰੋਗਰਾਮ ਨੂੰ ਵਾਚ ਕਰ ਰਹੇ ਹੋਣੇ, ਮੈਂ ਚਾਹੁੰਦਾ ਕਿ ਤੁਸੀਂ ਵੀ ਇਸ ਮੰਚ ਦੇ ਉੱਤੇ ਆਓ, ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰੋ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰੋ, ਜਾਂ ਫਿਰ ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਸੰਦੇਸ਼ ਭੇਜਣਾ ਚਾਹੁੰਦੇ ਹੋ ਤਾਂ harkirat@justbroadcasting.com info@justbroadcasting.com ਦੇ ਉੱਤੇ ਤੁਸੀਂ ਭੇਜ ਸਕਦੇ ਹੋ। ਫਿਲਹਾਲ ਰੁਕ ਰਹੇ ਇੱਕ ਬ੍ਰੇਕ ਲਈ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਇੱਕ ਬਾਅਦ ਸਵਾਗਤ ਹੈ, ਮੇਰੇ ਨਾਲ ਕਾਲਰਸ ਜੁੜੇ ਹੋਏ ਹਨ, ਉਹਨਾਂ ਦੀ ਕਾਲਸ ਲੈ ਲੈਂਦੇ ਹਾਂ ਔਰ ਵੇਖਦੇ ਹਾਂ ਕਿ ਸਾਡੇ ਕਾਲਰਸ ਜਿਹੜੇ ਨੇ ਉਹ ਅੱਜ ਦੇ ਇਸ ਮਸਲੇ ਬਾਰੇ ਕੀ ਕੁਝ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਹਾਂਜੀ, ਵਧੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਲਿਆਂਦਾ ਮੁੱਦਾ ਸਿੱਧੂ ਬਾਰੇ ਜੀ, ਇਹ ਜਿਹੜੀਆਂ ਹੁਣ ਕੈਪਟਨ ਹੋਣੀ ਭੰਗ ਕੀਤੀਆਂ ਸਾਰੀਆਂ ਜਿਹੜੀਆਂ ਸੀਮੈਂਟ ਪੈਲਟੀਆਂ ਹੋਰ ਜੀ, ਇਹਦੇ ਵਿੱਚੋਂ ਕੁਝ ਨਿਕਲੂ ਸਿੱਧੂ ਲਈ ਨਵੇਂ ਥਾਂ? ਹੁਣ ਸਿੱਧੂ ਜੀ ਦੀ ਜਿਹੜੀ ਚੁੱਪੀ ਹੈਗੀ ਆ, ਹੁਣ ਉਹ ਕਦ ਉਸ ਚੁੱਪੀ ਤੋਂ ਬਾਹਰ ਆਉਂਦੇ ਆ, ਭੰਗ
ਭੰਗ ਵੀ ਤਦੇ ਕੀਤੀਆਂ ਸਾਰੇ ਉਹਦੀ ਚੁੱਪੀ ਦੇ ਕਰਕੇ ਕੀਤੀਆਂ ਸੈਂਟਰ ਨੇ ਕੁਛ ਕੀਤਾ ਇਹਦੇ ਲਈ ਰਾਈਟ 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 ਹੈ ਕੁਛ ਨਾ ਕੁਛ ਜ਼ਰੂਰ ਹੋਊਗਾ ਨਿਕਲਣਾ ਜ਼ਰੂਰ ਆ ਦੇਖ ਲਿਓ ਬਾਕੀ ਹੁਣ ਸਿੱਧੂ ਜੇ ਟਕਸਾਲੀਆਂ ਚਲੇ ਗਏ ਜੇ ਹੁਣ ਅਕਾਲੀਆਂ ਦਾ 9 ਮਾਸ ਦਾ ਮਿਸਾ ਟੁੱਟ ਗਿਆ ਨਾ ਬੀਜੇਪੀ ਨਾਲ ਜੀ ਸ਼ਾਇਦ ਟਕਸਾਲੀਆਂ ਨਾਲ ਬਣ ਜਾਵੇ ਉਹਨਾਂ ਨਾਲ ਰਾਈਟ 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 ਟਕਸਾਲੀ ਆਗੂਆਂ ਨੂੰ ਜੁਆਇਨ ਕਰ ਰਹੀ ਹੈ ਤੇ ਉਹ ਵੱਡੇ ਚਿਹਰੇ ਨੇ ਅਕਾਲੀ ਦਲ ਨਹੀਂ ਖਤਮ ਹੋਣਾ ਇਹ ਬਾਦਲ ਅਕਾਲੀ ਦਲ ਭਾਵੇਂ ਖਤਮ ਹੋਊਗਾ ਜੀ 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 ਇਸ ਕਰਕੇ ਹੁਣ ਸਿੱਧੂ ਨੂੰ ਜੇ ਤਾਂ ਇੱਧਰ ਨਾ ਮਿਲਿਆ ਤਾਂ ਜ਼ਰੂਰ ਰਲ ਜਾਣਾ ਸਿੱਧੂ ਜਾ ਕੇ ਭਾਵੇਂ ਰੜੇ ਕਰ ਜਾ ਉੱਥੇ ਮਿਹਰਬਾਨੀ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਮਝ ਦੇ ਉੱਤੇ ਰੱਖੇ ਕਾਲਰਸ ਹੋਰ ਵੀ ਜੁੜੇ ਹੋਏ ਨੇ ਲੇਕਿਨ ਇੱਥੇ ਮੈਨੂੰ ਸਮਾਂ ਇਜਾਜ਼ਤ ਇੱਕ ਬ੍ਰੇਕ ਲਈ ਦੇ ਰਿਹਾ ਜਦ ਮੈਂ ਬ੍ਰੇਕ ਤੋਂ ਬਾਅਦ ਆਵਾਂਗਾ ਲਵਾਂਗਾ ਤੁਹਾਡੀ ਫੋਨ ਕਾਲਸ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ ਮਸਲਾ ਅੱਜ ਸਮਝ ਦੇ ਉੱਤੇ ਰੱਖਿਆ ਕਿ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਡੈਮੋਕ੍ਰੈਟਿਕ ਅਲਾਇੰਸ ਹੋਇਆ ਹੁਣ ਪੰਜਾਬ ਦੇ ਵਿੱਚ ਜਿਹਦੇ ਵਿੱਚ ਕਈ ਸਾਰੇ ਅਹਿਮ ਚਿਹਰੇ ਟਕਸਾਲੀ ਅਕਾਲੀ ਜਿਹੜੇ ਨੇ ਉਹ ਇੱਕ ਨਵੀਂ ਪਾਰਟੀ ਦੇ ਵਜੋਂ ਸਾਹਮਣੇ ਆਉਂਦੇ ਹਨ ਕਿ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਰਵਾਇਤੀ ਪਾਰਟੀ ਵਜੋਂ ਕਿਉਂਕਿ ਅਕਾਲੀ ਦਲ ਆਲਰੇਡੀ 1920 ਤੋਂ ਚੱਲਦੀ ਆ ਰਹੀ ਇੱਕ ਰਵਾਇਤੀ ਪਾਰਟੀ ਹੈ ਪੰਜਾਬ ਦੇ ਵਿੱਚ ਜੋ ਕਿ ਜਦ 1947 ਤੋਂ ਬਾਅਦ ਆਜ਼ਾਦੀ ਤੋਂ ਬਾਅਦ ਹੋਰ ਨਿਕਲ ਕੇ ਸਾਹਮਣੇ ਆਉਂਦੀ ਹੈ ਜਦ ਉਹਨਾਂ ਦੇ ਵੱਡੇ ਚਿਹਰੇ ਪੰਜਾਬ ਦੇ ਵਿੱਚ ਕਈ ਸਾਰੇ ਅਹਿਮ ਮਸਲਿਆਂ ਦੇ ਉੱਤੇ ਰੋਜ਼ ਮੁਜ਼ਾਹਰੇ ਕਰਦੇ ਹਨ ਤਾਂ ਕੀ ਤੁਹਾਨੂੰ ਲੱਗਦਾ ਕਿ ਜਿੰਨੀ ਵੀ ਸਮੁੱਚੀ ਲੀਡਰਸ਼ਿਪ ਹੈ ਉਹ ਅਗਰ ਆਪਣੇ ਆਪ ਨੂੰ ਫੋਰਮ ਕਰ ਲੈਂਦੀ ਹੈ ਇਕਜੁੱਟ ਕਰ ਲੈਂਦੀ ਹੈ ਕਈ ਸਾਰੇ ਅਹਿਮ ਨਾਮ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਹਨ ਜਿਹੜੇ ਕਾਂਗਰਸ ਤੋਂ ਵੱਖ ਹੋਏ ਹਨ ਅਗਰ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਾਂ ਤਾਂ ਸੁਖਪਾਲ ਖਹਿਰਾ ਜਿਨ੍ਹਾਂ ਦੀ ਪੰਜਾਬ ਏਕਤਾ ਪਾਰਟੀ ਹੈਗੀ ਹੈ ਚੰਦ ਛੋਟੇ ਸੁੱਚਾ ਸਿੰਘ ਛੋਟੇਪੁਰ ਜੋ ਕਿ ਆਮ ਆਦਮੀ ਪਾਰਟੀ ਦੇ ਪਹਿਲੇ ਕਨਵੀਨਰ ਰਹੇ ਪੰਜਾਬ ਤੋਂ ਲੇਕਿਨ ਪਾਰਟੀ ਉਹਨਾਂ ਨੇ ਛੱਡੀ ਉਹਨਾਂ ਨੇ ਵੀ ਆਪਣੀ ਨਵੀਂ ਪਾਰਟੀ ਦੀ ਫੋਰਮੇਸ਼ਨ ਕੀਤੀ ਬਕਾਇਦਾ 2017 ਦੇ ਵਿੱਚ ਉਹਨਾਂ ਨੇ ਨਵੀਂ ਪਾਰਟੀ ਆਪਣੀ ਬਣਾ ਕੇ ਪੰਜਾਬ ਦੇ ਵਿੱਚ ਚੋਣਾਂ ਵੀ ਲੜੀਆਂ ਕਿ ਇਹ ਅਜਿਹੇ ਆਗੂ ਅਗਰ ਟਕਸਾਲੀ ਆਗੂਆਂ ਨੂੰ ਜੁਆਇਨ ਕਰਕੇ ਜਿੱਥੇ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਹਨ ਕਾਂਗਰਸ ਪਾਰਟੀ ਦੇ ਹਾਲ ਫਿਲਹਾਲ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹ ਬੀਜੇਪੀ ਦੇ ਚਿਹਰੇ ਸੀਗੇ ਲੇਕਿਨ ਗੱਲ ਹੁਣ ਪ੍ਰੈਜੈਂਟ ਦੀ ਹੋਏਗੀ ਕਿ ਹੁਣ ਕੀ ਸਥਿਤੀ ਹੈਗੀ ਹੈ ਕਿ ਅਗਰ ਅਜਿਹੇ ਲੀਡਰ ਟਕਸਾਲੀ ਆਗੂਆਂ ਨੂੰ ਜੁਆਇਨ ਕਰਕੇ ਔਰ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਅਗਰ ਉਹ ਉਤਾਰਦੇ ਹਨ ਤਾਂ ਕਿਤੇ ਨਾ ਕਿਤੇ ਜਿਸ ਭਵਿੱਖ ਦੀ ਗੱਲ ਅਸੀਂ ਕਰਦੇ ਹਾਂ ਸੱਤ ਸਮੁੰਦਰ ਪਾਰ ਉਸ ਭਵਿੱਖ ਨੂੰ ਪੰਜਾਬ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਨਹੀਂ ਵੱਡਾ ਸਵਾਲ ਬਣਦਾ ਇਹਨਾਂ ਸਾਰੇ ਸਵਾਲਾਂ ਦੇ ਉੱਤੇ ਤੁਹਾਡੇ ਪ੍ਰਤੀਕਰਮ ਵੀ ਲਵਾਂਗੇ ਇਸ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵੱਡੀ ਖਬਰ ਜਿਹੜੀ ਹੈ ਦਿੱਲੀ ਤੋਂ ਸਾਹਮਣੇ ਆਈ ਹੈ ਜਿੱਥੇ ਅੱਜ ਬਕਾਇਦਾ ਮੁੜ ਤੋਂ ਪ੍ਰੈਸ ਕਾਨਫਰੰਸ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਕਈ ਅਹਿਮ ਲੀਡਰਸ ਹਨ ਦਿੱਲੀ ਦੇ ਵਿੱਚ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਸਾਡਾ ਸਟੈਂਡ ਅੱਜ ਵੀ ਕਲੀਅਰ ਹੈ ਕਿ ਅਸੀਂ NRC ਦੇ ਖਿਲਾਫ਼ ਨਹੀਂ ਹੈਗੇ ਨਾ ਹੀ ਅਸੀਂ CAA ਦੇ ਖਿਲਾਫ਼ ਹੈਗੇ ਹਾਂ ਅਸੀਂ ਸਿਰਫ਼ ਇਹ ਕਹਿਣਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿੱਥੇ ਉਹ ਹਰ ਰਿਲੀਜਨ ਦੀ ਟੇਕ ਕੇਅਰ ਕਰਦੀ ਹੈ ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਤੁਸੀਂ ਹਿੰਦੂ ਪਰਿਵਾਰਾਂ ਨੂੰ ਸਿੱਖ ਪਰਿਵਾਰਾਂ ਨੂੰ ਇਸ ਸੰਸ਼ੋਧਨ ਬਿੱਲ ਦੇ ਵਿੱਚ ਅਹਿਮੀਅਤ ਦਿੱਤੀ ਹੈ ਤਾਂ ਉੱਥੇ ਹੀ ਤੁਸੀਂ ਮੁਸਲਿਮ ਭਾਈਚਾਰੇ ਨੂੰ ਵੀ ਅਹਿਮੀਅਤ ਦਿਵੋ ਇਹ ਤਾਂ ਹੋ ਗਈ ਜੀ ਕਿ ਕੱਲ੍ਹ ਤੁਸੀਂ ਕੁਝ ਹੋਰ ਕਹਿੰਦੇ ਸੀਗੇ ਜਦ ਤੁਹਾਡੇ ਉੱਤੇ ਪੋਲੀਟੀਕਲ ਪ੍ਰੈਸ਼ਰ ਪਿਆ ਤਾਂ ਅੱਜ ਤੁਸੀਂ ਕੁਝ ਹੋਰ ਨਵਾਂ ਬਿਆਨ ਦਿੰਦੇ ਹੋ ਸਾਹਮਣੇ ਆ ਕੇ ਤਾਂ ਜਿੱਥੇ ਅਸੀਂ ਗੱਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਰ ਰਹੇ ਸੀਗੇ ਔਰ ਉੱਥੇ ਅਸੀਂ ਟਕਸਾਲੀ ਆਗੂਆਂ ਦੀ ਕਰ ਰਹੇ ਸੀਗੇ ਕਿ ਅੱਜ ਜਿਸ ਤਰੀਕੇ ਦੀ ਸਥਿਤੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਬਣੀ ਹੋਈ ਹੈ ਤਾਂ ਕਿੱਥੇ ਨਾ ਕਿੱਥੇ ਜਿਹੜਾ ਉਹਨਾਂ ਦਾ ਸਾਥ ਹੁਣ ਬੀਜੇਪੀ ਵੱਲੋਂ ਵੀ ਉਹਨਾਂ ਦਾ ਹੱਥ ਜਿਹੜਾ ਨਹੀਂ ਫੜਿਆ ਜਾ ਰਿਹਾ ਬਕਾਇਦਾ ਚੰਡੀਗੜ੍ਹ ਦੇ ਵਿੱਚ ਸੁਖਬੀਰ ਬਾਦਲ ਮੀਟਿੰਗ ਕਰਦੇ ਹਨ ਇਸ ਮੀਟਿੰਗ ਦੇ ਵਿੱਚ ਵੱਡੇ ਪੱਧਰ 'ਤੇ ਜਿੰਨੇ ਵੀ ਲੀਡਰਸ ਹਨ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਸ ਮੀਟਿੰਗ ਦੇ ਵਿੱਚ ਮੰਥਨ ਕਰਦੀ ਹੈ ਕਿ ਜਿਸ ਤਰੀਕੇ ਦਾ ਬਿਆਨ ਮੀਡੀਆ ਦੇ ਵਿੱਚ ਸਾਹਮਣੇ ਜਾ ਰਿਹਾ ਹੁਣ ਅਸੀਂ ਕੀ ਰਣਨੀਤੀ ਤੈਅ ਕਰੀਏ ਕਿ ਜਿਹੜੇ ਬਿਆਨ
ਦਿੱਲੀ ਤੋਂ ਨਿਕਲ ਕੇ ਚੰਡੀਗੜ੍ਹ ਪਹੁੰਚੇ ਔਰ ਚੰਡੀਗੜ੍ਹ ਤੋਂ ਬਾਅਦ ਤੋਂ ਵਿਸ਼ਵ ਪੱਧਰ ਦੇ ਉੱਤੇ ਪਹੁੰਚੇ ਤਾਂ ਉਹਨਾਂ ਬਿਆਨਾਂ ਦੇ ਉੱਤੇ ਹੁਣ ਸਾਨੂੰ ਕੀ ਕੁਝ ਆਪਣੇ ਪ੍ਰਤੀਕਰਮ ਦੇਣ ਦੀ ਲੋੜ ਹੈ ਅਤੇ ਬਕਾਇਦਾ ਹੁਣ ਮੰਥਨ ਜਿਹੜਾ ਕੀਤਾ ਜਾ ਰਿਹਾ ਉਸ ਮੰਥਨ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਉਹ ਜਾਣਕਾਰੀ ਵੀ ਅਸੀਂ ਜਸ ਪੰਜਾਬੀ ਦੇ ਇਸ ਪਲੈਟਫਾਰਮ ਦੇ ਰਾਹੀਂ ਤੁਹਾਡੇ ਘਰਾਂ ਦੇ ਵਿੱਚ ਪਹੁੰਚਾਉਂਦੇ ਰਹਾਂਗੇ। ਲੇਕਿਨ ਸਥਿਤੀ ਹੁਣ ਸਾਫ਼ ਹੋ ਚੁੱਕੀ ਹੈ ਕਿ ਜਿੱਥੇ ਬੀਜੇਪੀ ਹੁੰਗਾਰਾ ਮਾਰਦੀ ਸੀਗੀ ਕਿ ਅੱਛੇ ਦਿਨ ਆਉਣ ਵਾਲੇ ਹੈ, ਲੇਕਿਨ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਹ ਦਿਨ ਆਉਣਗੇ ਔਰ ਜਿਹੜਾ ਉਹਨਾਂ ਦਾ ਰਿਸ਼ਤਾ ਲੰਬੇ ਸਮੇਂ ਤੋਂ ਬੀਜੇਪੀ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਸੀਗਾ, ਕੀ ਉਸ ਰਿਸ਼ਤੇ ਦੇ ਵਿੱਚ ਜਿਹੜੀ ਹੁਣ ਤਰੇੜ ਆਈ ਹੈ ਉਹਦੇ ਕਾਰਨ ਕੀ ਹਨ? ਕਾਰਨ ਇਹ ਵੀ ਮੰਨੇ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਮੰਗ ਕਰਦੀ ਹੋਈ ਆ ਰਹੀ ਸੀਗੀ ਕਿ ਸਾਨੂੰ ਦਿੱਲੀ ਦੇ ਵਿੱਚ ਘੱਟੋ ਘੱਟ 8 ਸੀਟਾਂ ਚਾਹੀਦੀਆਂ ਹਨ, ਉਸ ਤੋਂ ਬਾਅਦ ਅਸੀਂ ਮੈਦਾਨ ਦੇ ਵਿੱਚ ਉਤਰਾਂਗੇ ਔਰ ਜਿਹੜਾ ਸਾਡਾ ਨਿਸ਼ਾਨ ਹੈਗਾ ਉਹ ਵੀ ਤੁਸੀਂ ਦੇਵੋਗੇ। ਲੇਕਿਨ ਬੀਜੇਪੀ ਨੇ ਆਪਣੀ ਸਹਿਮਤੀ ਨਹੀਂ ਜਿਤਾਈ, ਜਿੱਥੇ ਹੁਣ ਪ੍ਰੈਸ ਕਾਨਫਰੰਸ ਬਕਾਇਦਾ ਤੌਰ ਦੇ ਉੱਤੇ ਕੱਲ੍ਹ ਕੀਤੀ ਜਾਂਦੀ ਹੈ, ਬਿਆਨ ਪਹਿਲੇ ਸਾਹਮਣੇ ਆਏ ਹੁੰਦੇ ਹਨ ਕਿ ਅਸੀਂ ਸੰਸ਼ੋਧਨ ਬਿੱਲ ਦੇ ਖਿਲਾਫ਼ ਹਾਂ, ਲੇਕਿਨ ਹੁਣ ਇੱਕ ਨਵਾਂ ਬਿਆਨ ਸਾਹਮਣੇ ਆਉਂਦਾ ਕਿ ਅਸੀਂ ਖਿਲਾਫ਼ ਨਹੀਂ ਹਾਂ, ਅਸੀਂ ਸਿਰਫ ਚਾਹੁੰਦੇ ਹਾਂ ਕਿ ਮੁਸਲਿਮ ਭਾਈਚਾਰੇ ਨੂੰ ਉਹਦੇ ਵਿੱਚ ਤਵੱਜੋ ਜਿਹੜੀ ਉਹ ਦਿੱਤੀ ਜਾਵੇ। ਤਾਂ ਕਿਤੇ ਨਾ ਕਿਤੇ ਡਬਲ ਸਟੈਂਡਰਡ ਪੋਲੀਟਿਕਸ ਜਿਹੜੀ ਹੈ ਨਿਕਲ ਕੇ ਸਾਹਮਣੇ ਕੱਲ੍ਹ ਵੀ ਆ ਰਹੀ ਸੀਗੀ, ਅੱਜ ਵੀ ਆ ਰਹੀ ਹੈ, ਲੇਕਿਨ ਇਹਦਾ ਆਗਾਜ਼ ਜਿਹੜਾ ਉਹ ਲੰਬੇ ਸਮੇਂ ਤੋਂ ਹੋ ਚੁੱਕਿਆ 2017 ਤੋਂ ਬਾਅਦ। ਹੁਣ 2020 ਦੇ ਇਹਨਾਂ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਨਿਕਲ ਕੇ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੂੰ ਅੱਜ ਸੱਤ ਸਮੁੰਦਰ ਪਾਰ ਵੀ ਵਿਸ਼ਵ ਦੇ ਵਿੱਚ ਵਸਦੇ ਜੋ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਹਨ, ਉਹ ਚਾਹੁੰਦੇ ਹਨ ਕਿ ਅਜਿਹੇ ਇਮਾਨਦਾਰ ਜਿਹੜੇ ਨੇਤਾ ਹਨ, ਜਿਹੜੇ ਸਿਆਸਤਦਾਨ ਹਨ, ਉਹ ਇਸ ਡਰਟੀ ਪੋਲੀਟਿਕਸ ਨੂੰ ਖਤਮ ਕਰਨ ਔਰ ਇੱਕ ਵਧੀਆ ਪੋਲੀਟਿਕਸ ਜਿਹਦੇ ਵਿੱਚ ਕਲੀਨ ਪੋਲੀਟਿਕਸ ਜਿਹਨੂੰ ਕਹਿੰਦੇ ਹਾਂ ਉਹਦਾ ਆਗਾਜ਼ ਕਰ ਸਕਣ। ਅਤੇ ਟਕਸਾਲੀ ਆਗੂਆਂ ਨੇ ਅੱਜ ਉਹਨਾਂ ਨੂੰ ਆਵਾਜ਼ ਮਾਰੀ ਹੈ ਕਿ ਸਿੱਧੂ ਸਾਹਿਬ ਜੇ ਤੁਹਾਡੀ ਗੱਲ ਨਹੀਂ ਬਣਦੀ ਤਾਂ ਗੱਲ ਆ ਕੇ ਇੱਥੇ ਬਣਾਓ। ਲੇਕਿਨ ਗੱਲ ਬਣਨ ਤੋਂ ਮੈਨੂੰ ਇੱਕ ਗੱਲ ਚੇਤੇ ਆਉਂਦੀ ਹੈ ਕਿ ਭਾਵੇਂ ਅੱਜ ਅਸੀਂ ਜਿੱਥੇ ਵੀ ਜਾ ਕੇ ਵਸ ਜਾਈਏ, ਵਸਣ ਦੇ ਵਿੱਚ ਸਾਡਾ ਸਿਰਫ ਇੱਕ ਹੀ ਦਰਦ ਹੈਗਾ ਕਿ ਜਿਸ ਦੇਸ਼ ਤੋਂ ਜਿਸ ਸੂਬੇ ਤੋਂ ਅਸੀਂ ਆਏ ਹਾਂ ਉਹ ਦੇਸ਼ ਔਰ ਉਹ ਸੂਬਾ ਵਧੀਆ ਹੋਵੇ, ਕਿਉਂਕਿ ਉਸ ਦੇਸ਼ ਦੇ ਵਿੱਚ ਜਿਹੜੇ ਭੈਣ ਭਰਾ ਰਿਸ਼ਤੇਦਾਰ ਸਾਡੇ ਰਹਿੰਦੇ ਹਨ ਉਹ ਹਰ ਕੋਈ ਇੱਥੇ ਨਹੀਂ ਪਹੁੰਚ ਸਕਦਾ, ਲੇਕਿਨ ਜੋ ਉੱਥੇ ਰਹਿੰਦੇ ਹਨ ਘੱਟੋ ਘੱਟ ਉਹਨਾਂ ਦਾ ਭਵਿੱਖ ਜਿਹੜਾ ਉਹ ਵਧੀਆ ਹੋ ਸਕੇ। ਇਸ ਕਰਕੇ ਨਵਜੋਤ ਸਿੰਘ ਸਿੱਧੂ ਗੱਲ ਕਰਦੇ ਹਨ ਔਰ ਗੱਲ ਕਰਨ ਦੇ ਨਾਲ ਹੀ ਮੈਨੂੰ ਲੱਗਦਾ ਕਈਆਂ ਗੱਲਾਂ ਦਾ ਜਿਹੜਾ ਸੋਲਿਊਸ਼ਨ ਉਹ ਨਿਕਲ ਜਾਂਦਾ। ਗੱਲ ਕਰੋ, ਗੱਲ ਕਰਨ ਦੇ ਨਾਲ ਹੀ ਗੱਲ ਬਣਦੀ ਹੈ, ਕਿਸੇ ਦੀ ਅੱਜ ਬਣਦੀ ਹੈ, ਕਿਸੇ ਦੀ ਕੱਲ੍ਹ ਬਣਦੀ ਹੈ। ਅਤੇ ਫਿਲਹਾਲ ਦੇਖਾਂਗੇ ਕੱਲ੍ਹ ਕੀ ਕੁਝ ਬਣੇਗਾ ਔਰ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਸੀ ਮੰਚ ਦੇ ਉੱਤੇ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ਼੍ਰੀ ਅਕਾਲ।